ਬੇਕਰੀ ਦੀ ਦੁਕਾਨ ਦੇ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਦੁਕਾਨਦਾਰ ਦੀ ਮੁਸਤੈਦੀ ਦੇ ਕਾਰਨ ਚੋਰਾਂ ਨੂੰ ਵੀ ਮੌਕੇ ਦੇ ਉੱਤੇ ਹੀ ਕਾਬੂ ਕਰ ਲਿਆ। ਤਾਂ ਦਿਨ ਦਿਹਾੜੇ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਦੁਕਾਨ ਦੇ ਅੰਦਰ ਦੋ ਨੌਜਵਾਨ ਚੈੱਕ ਸ਼ਰਟ ਪਾ ਕੇ ਖੜ੍ਹੇ ਦਿਖਾਈ ਦੇ ਰਹੇ ਨੇ। ਪਹਿਲਾਂ ਤਾਂ ਉਹਨਾਂ ਦੇ ਹੱਥ ਦੇ ਵਿੱਚ ਇੱਕ ਸਮਾਨ ਫੜਿਆ ਹੋਇਆ, ਉਸ ਦੀ ਫੋਟੋ ਖਿੱਚਦੇ ਨੇ ਅਤੇ ਫੋਟੋ ਖਿੱਚਣ ਤੋਂ ਬਾਅਦ ਜਿਵੇਂ ਹੀ ਉਹਨਾਂ ਨੂੰ ਮੌਕਾ ਮਿਲਦਾ ਤਾਂ ਉਹ ਸਮਾਨ ਨੂੰ ਆਪਣੀ ਸ਼ਰਟ ਦੇ ਹੇਠਾਂ ਲੁਕੋ ਲੈਂਦੇ ਨੇ। ਹਾਲਾਂਕਿ ਇਹ ਸਾਰਾ ਕੁਝ ਦੁਕਾਨ ਦਾ ਜੋ ਮਾਲਕ ਹੈ ਉਹ ਬੈਠਾ CCTV ਦੇ ਵਿੱਚ ਦੇਖ ਰਿਹਾ ਸੀ। ਜਿਵੇਂ ਹੀ ਉਹ ਬਾਹਰ ਨਿਕਲਣ ਲੱਗਦੇ ਨੇ ਤਾਂ ਉਹ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲੈਂਦਾ, ਜਿਸ ਤੋਂ ਬਾਅਦ ਸਾਰਾ ਭੇਤ ਖੁੱਲ੍ਹਦਾ ਅਤੇ ਸਮਾਨ ਵੀ ਜ਼ਬਤ ਹੁੰਦਾ। ਇਸ ਤੋਂ ਬਾਅਦ ਦੁਕਾਨਦਾਰ ਦੇ ਵੱਲੋਂ ਪਹਿਲਾਂ ਤਾਂ ਇਹਨਾਂ ਦੋਵਾਂ ਨੌਜਵਾਨਾਂ ਦੇ ਚਪੇੜਾਂ ਲਗਾਈਆਂ ਜਾਂਦੀਆਂ ਨੇ ਅਤੇ ਫਿਰ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ। ਮੌਕੇ 'ਤੇ ਪਹੁੰਚੀ ਪੁਲਿਸ ਦੇ ਵੱਲੋਂ ਹੁਣ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਦੋਵੇਂ ਚੋਰਾਂ ਨੇ ਦੱਸਿਆ ਕਿ ਉਹਨਾਂ ਦੇ ਇੱਕ ਦੋਸਤ ਦਾ ਜਨਮ ਦਿਨ ਸੀ। ਜਨਮ ਦਿਨ ਦੇ ਮੌਕੇ 'ਤੇ ਹੀ ਉਹਨਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਕਿਉਂਕਿ ਉਹਨਾਂ ਦੇ ਕੋਲ ਪੈਸੇ ਨਹੀਂ ਸੀ। ਤਾਂ ਦੱਸ ਦਈਏ ਕਿ ਜਲੰਧਰ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਬੇਕਰੀ ਦੀ ਦੁਕਾਨ ਵਿੱਚ ਚੋਰੀ ਹੋਣ ਲੱਗੀ ਤਾਂ ਮੌਕੇ 'ਤੇ ਹੀ ਦੁਕਾਨਦਾਰ ਦੀ ਮੁਸਤੈਦੀ ਨੇ ਚੋਰਾਂ ਨੂੰ ਕਾਬੂ ਕਰ ਲਿਆ। ਸ਼ਰਟ ਉੱਪਰ ਚੱਕੀ ਤੇ ਅੰਦਰ ਲੁਕਾ ਲਈ। ਅੱਛਾ ਜੀ। ਉਸ ਤੋਂ ਬਾਅਦ ਦੇਖੇ ਨੀ ਬਾਹਰ ਨਿਕਲਣ ਲੱਗੀ, ਮੇਰੀ ਨਿਗਾਹ ਪਈ ਸੀਗੀ, ਮੈਂ ਇਹਨਾਂ ਨੂੰ ਫੜ ਲਿਆ। ਮੈਂ ਇਹਨੂੰ ਫੜਿਆ ਤੇ ਮੈਨੂੰ ਪੁੱਛਿਆ ਤੁਸੀਂ ਕੀ ਚੱਕਿਆ, ਕਹਿੰਦੇ ਨੇ ਕੁਛ ਨੀ ਚੱਕਿਆ ਸੀ। ਮੈਂ ਕਹੀ ਸ਼ਰਟ ਉੱਪਰ ਚੱਕੋ ਆਪਣੀ, ਕਹਿੰਦੇ ਨਹੀਂ ਚੱਕਣੀ। ਮੈਂ ਕਿਉਂ? ਕਹਿੰਦੇ ਮੈਂ ਬਾਹਰੋਂ ਲੈ ਕੇ ਆਇਆ, ਮੇਰੇ ਕੋਲ ਵੀਡੀਓ ਹੈਗੀ ਤੁਸੀਂ ਚੱਕੀ ਆ, ਝੂਠ ਨਾ ਬੋਲੋ। ਕਹਿੰਦੇ ਜੀ ਨਹੀਂ ਅਸੀਂ ਬਾਹਰੋਂ ਲੈ ਕੇ। ਮੈਂ ਕਿਹਾ ਦਿਖਾਓ ਕਿੱਥੇ ਤੁਹਾਡੇ ਕੋਲ। ਕਹਿੰਦੇ ਨਹੀਂ, ਫਿਰ ਇਹਨਾਂ ਨੂੰ ਲੜਕਿਆਂ ਨੇ ਪਕੜ ਲਿਆ। ਇਹ ਇਹਨਾਂ ਨੂੰ ਸੱਚ ਬੋਲਿਆ ਜੀ, ਅਸੀਂ ਗਲਤੀ ਕੀਤੀ ਹੈ, ਚੋਰੀ ਕੀਤੀ ਹੈ। ਅੱਛਾ, ਅੱਗੇ ਵੀ ਆਏ? ਕਦੀ ਆਏ ਭਾਈ? ਇਹ ਪਿਛਲੇ ਹਫ਼ਤੇ ਵੀ ਹੋਇਆ ਹੈ। ਤਾਂ ਅਸੀਂ ਤੁਹਾਨੂੰ ਇੱਥੋਂ ਸਮਾਨ ਚੱਕਣਾ ਵੀ ਪਿਆ, ਤੁਹਾਡੀ ਨਿਗਾਹ ਪੈਂਦੀ ਰਹੇ ਜੀ। ਅੱਜ ਹੀ ਆਏ ਆ ਦੁਬਾਰਾ ਇਹਨਾਂ ਨੇ? ਇੱਦਾਂ ਦੇ ਇਹੀ ਆਏ ਜਾਂ ਹੋਰ ਵੀ ਸੀ? ਇਹਨਾਂ ਮੇ ਵੀ ਇਹੀ ਹੋ ਸਕਦੇ ਆ। ਇਹਨਾਂ ਉਹਨੇ ਤਿੰਨ ਲੜਕੇ ਸੀਗੇ ਮੇਰੇ। ਅੱਛਾ ਜੀ, ਉਹ ਤਾਂ ਅਸੀਂ ਦੇਖ ਲਏ ਹੁਣ। ਮੇ ਵੀ ਇਸ ਬਾਰੇ ਗੱਲਬਾਤ ਹੋਈ ਇਹਨਾਂ ਨੂੰ ਕਿਉਂ ਚੱਕਿਆ ਕੋਈ ਪਤਾ? ਕਹਿੰਦੇ ਜੀ ਪੈਸੇ ਨਹੀਂ ਸੀਗੇ ਜੀ, ਸਟੈਚ ਚੱਕ ਲਿਆ। ਅਸੀਂ ਉਹਨੂੰ ਕਿਹਾ ਤੁਸੀਂ ਚੱਕਿਆ ਕਿਉਂ? ਇਹ ਚੋਰੀ ਹੈਗੀ ਹੈ ਜੀ, ਠੀਕ ਹੈ ਨਾ? ਚੋਰੀ ਤਾਂ ਚੋਰੀ ਹੋ। ਪੁਲਿਸ ਆ ਗਈ ਮੌਕੇ ਤੇ? ਪੁਲਿਸ ਆਈ ਭਾਜੀ, ਉਹਨੂੰ ਪੁੱਛਗਿੱਛ ਕਰ ਰਹੇ ਆ ਜੀ। ਛੋਟੀ ਜੀ ਚੀਜ਼ ਕਿਹੜੀ ਆ ਤੁਸੀਂ ਚੋਰੀ ਕਰਕੇ ਲੈ ਕੇ ਜਾ ਰਹੇ ਹੋ? ਕਿਉਂ, ਕਾਰਨ ਕੀ? ਅੱਛਾ ਜੀ, ਨਹੀਂ ਇਹ ਬਰਥਡੇ ਸੀ ਕੀ? ਬਰਥਡੇ ਦੇ ਗਿਫਟ ਚੋਰੀ ਦਾ ਬਰਥਡੇ ਗਿਫਟ ਦੇਣਾ ਹੁੰਦਾ? ਅੱਧਾ ਘੰਟਾ ਤੁਸੀਂ ਦੁਕਾਨ ਦੇ ਅੰਦਰ ਘੁੰਮਦੇ ਰਹੇ ਹੋ, ਫਿਰ ਇੱਕੋ ਚੀਜ਼ ਨੂੰ ਤੁਸੀਂ ਹੱਥ ਪਾਇਆ, ਉਹ ਵੀ CCTV ਦੇ ਫੁਟੇਜ ਦੇ ਵਿੱਚ ਆਉਂਦੇ ਆ। ਕੀ ਇਹ ਚੋਰੀ ਨਹੀਂ ਹੈ?